ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੇ ਗੜੋਂ ਗੁਲਾਮੀ ਦੀਆਂ ਜ਼ੰਜੀਰਾਂ ਲਹਣ ਦੀ ਖਾਤਰ ਸਰਬੰਸਦਾਨੀ ਸਹਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ 1704 ਈਸਵੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਤੇ ਉਸ ਤੋਂ ਬਾਅਦ ਮਹਾਰਾਜ ਚਮਕੌਰ ਦੀ ਜੜ ਗੜੀ ਜਾ ਕੇ ਜੋ 10 ਲੱਖ ਦੀ ਫੌਜ ਦੇ ਨਾਲ ਵੱਡਾ ਜੰਗ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਦੇ ਵੱਡੇ ਤੇ ਬਾਅਦ ਵਿੱਚ ਸਰਹੰਦ ਦੀ ਧਰਤੀ ਤੇ ਛੋਟੇ ਸਹਿਬਜਾਦੇ ਜਿਵੇਂ ਸ਼ਹੀਦ ਹੁੰਦੇ ਆਓ ਸਰਵਣ ਕਰਨਾ ਕਰੀਏ ਜੀ ਸ੍ਰੀ ਆਨੰਦਪੁਰ ਸਾਹਿਬ ਨੂੰ ਲਗਭਗ 8-9 ਮਹੀਨੇ ਤੋਂ ਘੇਰਾ ਪਿਆ ਹੈ ਪਹਾੜੀ ਰਾਜੇ ਮੁਗਲ ਫੌਜਾਂ ਆਪਣਾ ਸਾਰਾ ਹੀ ਜੋਰ ਬਲ ਲਾ ਕੇ ਥੱਕ ਗਏ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਰਾ ਨਹੀਂ ਸਕੇ ਜਿੱਤ ਨਹੀਂ ਸਕੇ ਨਾ ਕਿਲਾ ਖਾਲੀ ਕਰਵਾ ਸਕੇ ਜਦੋਂ ਵੱਡੇ ਪੱਧਰ ਤੇ ਇਲਾਕੇ ਦਾ ਨੁਕਸਾਨ ਹੋਣ ਲੱਗਾ ਇਲਾਕੇ ਦੇ ਲੋਕ ਤੰਗ ਹੋ ਗਏ ਉਧਰੋਂ ਔਰੰਗਜੀਬ ਦਾ ਖਜ਼ਾਨਾ ਖਾਲੀ ਹੋਣ ਲੱਗਾ ਹੁਣ ਮਕਾਰੀ ਦੇ ਨਾਲ ਝੂਠੇ ਝੂਠ ਦੇ ਨਾਲ ਸਤਿਗੁਰੂ ਜੀ ਦੇ ਕੋਲੋਂ ਕਿਲਾ ਖਾਲੀ ਕਰਵਾਉਣ ਲਈ ਔਰੰਗਜੀਬ ਨੇ ਕੁਰਾਨ ਸ਼ਰੀਫ ਦੀ ਸੌਂ ਖਾਧੀ ਆਪਣੇ ਕਾਜ਼ੀਆਂ ਮੌਲਵੀਆਂ ਨੂੰ ਭੇਜਿਆ ਉਹਨਾਂ ਨੇ ਆ ਕੇ ਮਹਾਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਔਰੰਗਜੀਬ ਕੁਰਾਨ ਸ਼ਰੀਫ ਦੀ ਸੌਂ ਖਾਂਦਾ ਹੈ ਆਪ ਜੀ ਕਿਲਾ ਖਾਲੀ ਕਰ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਦੂਸਰੇ ਬਨੇ ਪਹਾੜੀ ਰਾਜਪੂਤ Hindu ਰਾਜੇ ਉਹ ਗੀਤਾ ਦੀਆਂ ਗਊਆਂ ਦੀਆਂ ਕਸਮਾਂ ਖਾਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਦੇ ਠੀਕ ਆ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਆ ਸੱਚੇ ਪਾਤਸ਼ਾਹ ਮਹਾਰਾਜ ਇਹ ਫੈਸਲਾ ਲੈਂਦੇ ਨੇ ਉਧਰੋਂ ਜਿਹੜੇ ਸਿੰਘ ਨੇ ਕਈ ਮਹੀਨਿਆਂ ਤੋਂ ਭੁੱਖ ਤੋਂ ਤੰਗ ਹੋਣ ਕਰਕੇ ਉਹ ਵੀ ਬੇਨਤੀ ਕਰਦੇ ਨੇ ਮਹਾਰਾਜ ਜੀ ਆ ਰੰਗ ਜੀਵ ਤੇ ਪਹਾੜੀ ਰਾਜੇ ਇੰਨੀਆਂ ਸੌਂ ਖਾਂਦੇ ਨੇ ਕਿਲਾ ਖਾਲੀ ਕਰ ਦਈਏ ਸਤਗੁਰੂ ਫਿਰ ਵੀ ਕਹਿੰਦੇ ਨੇ ਕਿ ਇੱਕ ਵਾਰ ਸੋਚ ਲਓ ਇਹ ਲੋਕ ਝੂਠੇ ਨੇ ਇਹਨਾਂ ਨੇ ਮੁਕਰ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤਿਆਰੀ ਕਰਦੇ ਨੇ 6 7 ਉਹ ਦੀ ਜੋ ਰਾਤ ਹੈ ਉਹਨਾਂ ਸਮਿਆਂ ਵਿੱਚ 19 ਦਸੰਬਰ ਸੀ ਤੇ ਸਤਗੁਰੂ ਮਹਾਰਾਜ ਸਿੱਖਾਂ ਸਮੇਤ ਕਿਲਾ ਖਾਲੀ ਕਰਕੇ ਤੁਰ ਪੈਂਦੇ ਨੇ ਹਾਲੇ ਥੋੜੀ ਦੇਰ ਹੀ ਆਏ ਹੁੰਦੇ ਨੇ ਤੇ ਉਹ ਆਪਣੇ ਕਸਮਾਂ ਵਾਅਦੇ ਤੋੜ ਕੇ ਪਹਾੜੀ ਫੌਜਾਂ ਤੇ ਨਾਲ ਔਰੰਗਜ਼ੇਬ ਦੀਆਂ ਫੌਜਾਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਘੇਰ ਲੈਂਦੀਆਂ ਨੇ ਸੱਚੇ ਪਾਤਸ਼ਾਹ ਮਹਾਰਾਜੀ ਰਾਤ ਨੂੰ ਕਿਲਾ ਛੱਡਦੇ ਨੇ ਅੰਮ੍ਰਿਤ ਵੇਲੇ ਤੱਕ ਸਰਸਾ ਨਦੀ ਦੇ ਕੰਢੇ ਪਹੁੰਚਦੇ ਨੇ ਉਸ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੁੰਦਾ ਹੈ ਉਸ ਭਿਆਨਕ ਜੰਗ ਦੇ ਵਿੱਚ ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਦੀਆਂ ਫੌਜਾਂ ਨੂੰ ਰੋਕ ਰਹੇ ਹੁੰਦੇ ਨੇ ਸਤਗੁਰੂ ਦੇ ਵੱਡੇ ਸਹਬਜ਼ਾਦੇ ਉੱਥੇ ਜਾ ਕੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਉਹ ਉਹਨਾਂ ਦੀ ਮਦਦ ਤੇ ਜਾ ਖੜਦੇ ਨੇ ਘੇਰਾ ਟੁੱਟ ਜਾਂਦਾ ਹੈ ਬਾਬਾ ਜੀਵਨ ਸਿੰਘ ਜੀ ਉੱਥੇ ਸ਼ੀਧੀ ਪ੍ਰਾਪਤ ਕਰ ਜਾਂਦੇ ਨੇ ਔਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਤਗੁਰੂ ਦਾ ਪਰਿਵਾਰ ਅੱਗੇ ਨੂੰ ਵਧਦਾ ਹੈ ਇਸੇ ਜਗ੍ਹਾ ਤੇ ਮਾਤਾ ਗੂਜਰੀ ਜੀ ਦੋ ਛੋਟੇ ਸਹਿਬਜ਼ਾਦਿਆਂ ਦੇ ਸਮੇਤ ਸਤਿਗੁਰੂ ਮਹਾਰਾਜ ਤੋਂ ਪਰਿਵਾਰ ਤੋਂ ਸਿੰਘਾਂ ਤੋਂ ਵਿਛੜ ਜਾਂਦੇ ਨੇ ਆਪਣੇ ਮਹਿਲਾ ਨੂੰ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਨੀ ਸਿੰਘ ਜੀ ਸਿਆਣੇ ਸਿੱਖਾਂ ਦੇ ਨਾਲ ਦਿੱਲੀ ਵੱਲ ਤੋਰ ਦਿੰਦੇ ਨੇ ਸਰਸਾ ਤੋਂ ਬਾਅਦ ਪਾਰ ਕਰਕੇ ਸਰਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਰੋਪੜ ਦੀ ਧਰਤੀ ਵੱਲ ਨੂੰ ਆਉਂਦੇ ਨੇ ਬਹੁਤ ਸਾਰਾ ਕੀਮਤੀ ਸਮਾਨ ਗ੍ਰੰਥ ਆਦਿਕ ਸਰਸਾ ਪਾਣੀ ਚੜਿਆ ਹੋਣ ਕਰਕੇ ਉਹਦੇ ਵਿੱਚ ਡੁੱਬ ਜਾਂਦੇ ਨੇ ਕਈ ਸਿੰਘ ਜਿਹੜੇ ਨੇ ਸਤਗੁਰੂ ਮਹਾਰਾਜ ਜੀ ਦੇ ਜਾਨ ਤੋਂ ਪਿਆਰੇ ਉਹ ਸਰਸਾ ਦੀ ਭੇਟਾ ਹੋ ਜਾਂਦੇ ਨੇ ਕੁਝ ਸਿੰਘ ਬਚਦੇ ਨੇ ਰੋਪੜ ਦੀ ਧਰਤੀ ਨੂੰ ਪਾਰ ਕਰਦੇ ਹੋਏ ਇੱਥੇ ਇੱਕ ਬੇਂਤੀ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੁੰਦੇ ਇੱਕ ਪਠਾਨ ਦੇ ਘਰ ਠਹਿਰਦੇ ਨੇ ਉਹ ਤੇ ਉਸ ਦੀ ਬੇਟੀ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੇ ਨੇ ਔਰ ਇੱਥੇ ਹੀ ਉਹ ਸਿੱਧੀ ਪ੍ਰਾਪਤ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਲਦਿਆਂ ਹੋਇਆਂ 21 ਦਸੰਬਰ ਦੀ ਜੋ ਰਾਤ ਹੈ ਉਸ ਦਿਨ ਚਮਕੌਰ ਦੀ ਗੜੀ ਪਹੁੰਚਦੇ ਨੇ ਚਮਕੌਰ ਦੀ ਜੋ ਹਵੇਲੀ ਹੈ ਜਿਸ ਨੂੰ ਵਿਦਵਾਨਾਂ ਨੇ ਗੜੀ ਲਿਖਿਆ ਹੈ ਕੱਚੀ ਹਵੇਲੀ ਉੱਥੇ ਜਾ ਕੇ ਮਹਾਰਾਜੀ ਸਿੰਘਾਂ ਦੇ ਸਮੇਤ ਠਹਿਰਦੇ ਨੇ ਬੁੱਧੀ ਚੰਦ ਹੋਰੀ ਦੋ ਭਰਾ ਹੁੰਦੇ ਨੇ ਸਤਗੁਰੂ ਜੀ ਦੀ ਸੇਵਾ ਲਈ ਉਹ ਹਵੇਲੀ ਖਾਲੀ ਕਰ ਦਿੰਦੇ ਨੇ ਇਸ ਸਮੇਂ ਮਹਾਰਾਜ ਦੇ ਨਾਲ ਲਗਭਗ 40 ਸਿੰਘ ਹੁੰਦੇ ਨੇ ਉਹ ਵੀ ਭੁੱਖਣ ਭਾਣੇ ਗੁਰੂ ਗੋਬਿੰਦ ਸਿੰਘ ਜੀ ਫਰਨਾਮੇ ਦੇ ਵਿੱਚ ਲਿਖਿਆ ਹੈ ਗੁਰ ਸੰਹੇ ਚੇਕਾਰੇ ਕੋ ਨੱਧ ਚਿਹਲ ਨਰ ਕੇ ਦਹਿ ਲਖ ਬਰਾਇਦ ਬਰੋ ਬੇ ਖਬਰ ਔਰੰਗਜੀਬ 40 ਭੁਖੇ ਪਾਣੇ ਸਿੰਘ ਨੇ ਸਾਡੇ ਨਾਲ ਕੀ ਕਰਦੇ ਤੇਰੀ 10 ਲਖ ਫੌਜ ਅਚਾਨਕ ਜਦੋਂ ਸਾਡੇ ਉੱਪਰ ਆ ਪਈ ਹੁਣ ਰਾਤ ਨੂੰ ਗੁਰੂ ਕੇ ਸਿੰਘ ਮਹਾਰਾਜ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਆਰਾਮ ਕਰੋ ਅਸੀਂ ਪਹਿਰਾ ਦਿੰਨੇ ਆ ਮਹਾਰਾਜ ਕਹਿੰਦੇ ਨਹੀਂ ਦੋ ਸਿੰਘ ਫਿਰ ਵੀ ਪਹਿਰੇ ਤੇ ਰਹਿੰਦੇ ਨੇ ਬਾਕੀ ਦੇ ਸਿੰਘ ਲੇਟ ਜਾਂਦੇ ਨੇ ਆਰਾਮ ਕਰਨ ਲਈ ਕਿਉਂਕਿ ਲਗਭਗ 3 ਦਿਨ ਹੋ ਗਏ ਨੇ ਲਗਾਤਾਰ ਚੱਲੇ ਆਉਂਦਿਆਂ ਸਤਿਗੁਰੂ ਮਹਾਰਾਜ ਜੀ ਗੜੀ ਦੇ ਉੱਪਰ ਜੋ ਕਮਰਾ ਕੋਠਾ ਹੈ ਉਥੇ ਬਿਰਾਜਮਾਨ ਹੁੰਦੇ ਨੇ ਪਰ ਸਤਿਗੁਰੂ ਦਾ ਕੈਸਾ ਪਿਆਰ ਹੈ ਸਿੰਘਾਂ ਦੇ ਨਾਲ ਅੱਲਾ ਯਾਰਖਾਂ ਜੋਗੀ ਲਿਖਦਾ ਹੈ ਜਦੋਂ ਥੱਕੇ ਟੁੱਟੇ ਜੰਗ ਦੇ ਸਿੰਘ ਰਾਤ ਨੂੰ ਆਰਾਮ ਕਰ ਰਹੇ ਨੇ ਤੇ ਉਹਨਾਂ ਨੇ ਸਹਰਾਣਿਆਂ ਦੇ ਥੱਲੇ ਕਾਠੀਆਂ ਰੱਖੀਆਂ ਹੋਏ ਨੇ ਘੋੜਿਆਂ ਦੀਆਂ ਕਿ ਕਿਸੇ ਸਿੰਘ ਦੀ ਦਸਤਾਰ ਸਿਰੋਂ ਖਿਸਕ ਜਾਂਦੀ ਏ ਜਾਂ ਕੁਝ ਤੇ ਮਹਾਰਾਜ ਰਾਤ ਨੂੰ ਠੀਕ ਕਰਦੇ ਨੇ ਆਪ ਆ ਕੇ ਸਾਫੇ ਕਬੀ ਸਿੰਘੋਂ ਕੀ ਉਠਾਤੇ ਹਨ ਜ਼ਮੀਨ ਸੇ ਕੇ ਸੁਣ ਕੇ ਜੋ ਝਾੜੇ ਤੋਂ ਲੀ ਖਾਕ ਜ਼ਮੀਨ ਸੇ ਕਹਿਣ ਲਗਾ ਹਾਸ਼ਾ ਕਿਸੇ ਮੁਰਸ਼ਿਦ ਮੇ ਅਸੀਂ ਯਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੇ ਇਜ਼ਹਾਰ ਨਹੀਂ ਹੈ ਚੂਮਾ ਕਬੀ ਹਲਕੋਂ ਦਹਿਨ ਚੂਮਨੇ ਬੈਠੇ ਜਬ ਪਾਇਂਤੀ ਆਏ ਤੋ ਚਰਨ ਚੂਮਨੇ ਬੈਠੇ ਮੇਰੇ ਮਾਲਕ ਸਿੰਘਾਂ ਦੇ ਪੈਰਾਂ ਵੱਲ ਤੱਕਦੇ ਨੇ ਗਲਾ ਚੁੰਮਦੇ ਨੇ ਕਿ ਕਰਨ ਇਹਨਾ ਪੈਰਾਂ ਤੇ ਉੱਡ-ਉੱਡ ਕੇ ਇਹਨਾ ਗੁਰੂ ਕੇ ਸਿੰਘਾਂ ਨੇ ਦੁਸ਼ਮਣ ਦੇ ਨਾਲ ਲੜਨਾ ਹੈ ਇਹਨਾ ਗਲਿਆਂ ਤੇ ਵੈਰੀਆਂ ਦੇ ਵਾਰ ਸਹਾਰਨੇ ਨੇ ਆਪ ਮਹਾਰਾਜ ਜੀ ਸੇਵਾ ਕਰਦੇ ਨੇ ਸਿੱਖਾਂ ਦੀ ਹੁਣ ਦਿਨ ਚੜਦਾ ਹੈ ਸਾਹ ਸੰਗਤ ਪਹਾੜੀ ਫੌਜ ਵੀ ਨਾਲ ਮੁਗਲਾਂ ਦੀ ਸੈਨਾ ਆ ਕੇ ਘੇਰਾ ਪਾ ਲੈਂਦੀ ਦੂਰ ਦੂਰ ਤੱਕ ਫੌਜਾਂ ਦਿਸਦੀਆਂ ਨੇ ਜਫਰ ਨਾਮੇ ਵਿੱਚ ਮਾਰੇ ਨੇ ਬਰੰਗੇ ਮਗਾਸ ਸ਼ਬਦ ਵਰਤਿਆ ਜਿਵੇਂ ਮੱਖੀਆਂ ਉੱਡਦੀਆਂ ਨੇ ਡੂਮੜੇ ਦੀਆਂ ਕਾਲੀਆਂ ਇਸੇ ਤਰ੍ਹਾਂ ਦੂਰ ਦੂਰ ਤੱਕ ਪਹਾੜੀ ਫੌਜਾਂ ਵਰਦੀਆਂ ਪਹਿਨੀ ਤੇ ਨਾਲ ਹੋਰ ਵੀ ਮਲਖਈਆ ਚਮਕੌਰ ਦੀ ਹਵੇਲੀ ਉਸ ਗੜੀ ਦੇ ਦਿਵਾਲੇ ਹੋਇਆ ਹੈ ਸਵੇਰ ਦਾ ਸਮਾਂ ਹੁੰਦਾ ਹੈ ਟੰਡੋਰਾ ਪਟਿਆ ਜਾਂਦਾ ਹੈ ਵਜ਼ੀਰ ਖਾਂ ਵਰਗੇ ਤੇ ਹੋਰ ਇਹੋ ਕਹਾ ਦਵਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਗੜੀ ਖਾਲੀ ਕਰ ਜਾਓ ਆਤਮ ਸਮਰਪਣ ਕਰ ਦਿਓ ਤੁਹਾਨੂੰ ਛੱਡ ਦਿੱਤਾ ਜਾਵੇਗਾ ਤੁਹਾਨੂੰ ਬਖਸ਼ ਦਿੱਤਾ ਜਾਏਗਾ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਤੀਰਾਂ ਦੀ ਵਰਖਾ ਦੇ ਨਾਲ ਅੰਦਰੋਂ ਜਵਾਬ ਆਉਂਦਾ ਹੈ ਇੱਕ ਹੇਲਚੀ ਵੀ ਪਹਾੜੀ ਰਾਜੇ ਤੇ ਵਜ਼ੀਰ ਖਾਂ ਦੀ ਫੌਜ ਭੇਜਦੀ ਏ ਪਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਹਿੰਦੇ ਮੈਦਾਨੇ ਜੰਗ ਵਿੱਚ ਗੱਲਾਂ ਹੋਣਗੀਆਂ ਹੁਣ ਗੁਰੂ ਗੋਬਿੰਦ ਸਿੰਘ ਮਾਰ ਸੱਚੇ ਪਾਤਸ਼ਾਹ ਜੀ ਜਦੋਂ ਉਸ ਗੜੀ ਦੇ ਵਿੱਚ ਮੋਰਚਾ ਲਾਇਆ ਹੈ ਤੇ ਅੰਦਰੋਂ ਗਰੀਬ ਨवाज ਮਹਾਰਾਜ 8-8 ਜਾਣਿਆਂ ਦੇ ਜਥੇ ਬਣਾ ਕੇ ਭੇਜਣੇ ਸ਼ੁਰੂ ਕਰਦੇ ਨੇ ਪਹਿਲਾ ਜਥਾ ਸਤਗੁਰੂ ਮਹਾਰਾਜ ਦੇ ਪੰਜਾਂ ਪਿਆਰਿਆਂ ਵਿੱਚ ਸਿੰਘ ਨੇ ਭਾਈ ਹਿੰਮਤ ਸਿੰਘ ਹੋਰੀ ਉਹਨਾਂ ਦੇ ਨਾਲ ਸਿੰਘ ਦੇ ਕੇ ਭੇਜਦੇ ਨੇ ਸਿੰਘ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਕੇ ਫੌਜਾਂ ਦੇ ਨਾਲ ਲੜਦੇ ਆਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਸਤਗੁਰੂ ਮਹਾਰਾਜ ਜੀ ਉੱਪਰ ਹਵੇਲੀ ਦੇ ਬੈਠੇ ਉੱਪਰੋਂ ਤੀਰਾਂ ਦੀ ਵਰਖਾ ਕਰਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਦੋ ਜਥੇ ਆਉਂਦੇ ਨੇ ਤੀਸਰੇ ਜਥੇ ਵਿੱਚ ਸਹਬਜਾਦਾ ਬਾਬਾ ਅਜੀਤ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਭੇਜਦੇ ਨੇ ਬਾਬਾ ਜੀ ਆਪ ਆਗਿਆ ਮੰਗਦੇ ਨੇ ਗੁਰੂ ਪਿਤਾ ਦੇ ਕੋਲੋਂ ਤੇ ਸਤਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਵੀ ਸੱਤ ਸਿੰਘ ਹੋਰ ਦੇ ਕੇ ਜਥਾ ਭੇਜਦੇ ਨੇ ਉਸ ਸਮੇ ਸਾਧ ਸੰਗਤ 17 ਸਾਲ ਤੇ 10 ਕੁ ਮਹੀਨੇ 18 ਸਾਲ ਤੋਂ ਵੀ ਘੱਟ ਉਮਰ ਹੈ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਦੀ ਗੁਰੂ ਪਿਤਾ ਦਾ ਥਾਪੜਾ ਲੈ ਕੇ ਜੁੱਧ ਵਿੱਚ ਆਉਂਦੇ ਨੇ ਤੇ ਧਿਆਨ ਦਿਓ ਕਦੇ ਦਸ਼ਰਥ ਵਰਗੇ ਰਾਜੇ ਸ੍ਰੀ ਰਾਮਚੰਦਰ ਜੀ ਦੇ ਵਿਛੋੜੇ ਦੇ ਵਿੱਚ ਸਰੀਰ ਤਿਆਗ ਗਏ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕੰਮ ਐ ਸਾ ਰਸੂਲੋਂ ਮੈਂ ਆਇਆ ਕਟਵਾ ਕੇ ਪਿਸਰ ਚਾਰੇ ਇੱਕ ਅੰਸੂ ਨੰਗ ਰਾਇਆ ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ऐसे دین ਦੀਵਾਰ ਸਤਿਗੁਰੂ ਵੱਡੇ ਸਾਹਿਬ ਜਾਦੇ ਨੂੰ ਤੋੜਦੇ ਨੇ ਲੋਹੇ ਤੇ ਲੋਹਾ ਵੱਜਦਾ ਹੈ ਸਾਸੰਗਤ ਕਮਸਾਨ ਦਾ ਜੰਗ ਹੁੰਦਾ ਹੈ ਕਦੀ ਜਿਹੜਾ ਹੈ ਤਲਵਾਰ ਦੇ ਨਾਲ ਤੀਰਾਂ ਦੇ ਨਾਲ ਅਨੇਕਾਂ ਦੁਸ਼ਮਣ ਦੇ ਆਉ ਲਾਉਂਦੇ ਨੇ ਤੇ ਉਧਰੋਂ ਗੜੀ ਦੀ ਉੱਪਰੋਂ ਮਹਾਰਾਜ ਤੀਰਾਂ ਦੀ ਵਰਖਾ ਕਰੀ ਜਾਂਦੇ ਨੇ ਦੁਸ਼ਮਣਾਂ ਨੂੰ ਢਹਿ ਢੇਰੀ ਕਰੀ ਜਾਂਦੇ ਹਨ ਇਸੇ ਤਰ੍ਹਾਂ ਜੰਗ ਹੁੰਦਿਆਂ ਜਦੋਂ ਫਿਰ ਹੱਥ ਵਿੱਚ ਬਰਸ਼ਾ ਲੈਂਦੇ ਨੇ ਬਾਬਾ ਜੀ ਸਿੰਘ ਜੀ ਇੱਕ ਦੁਸ਼ਮਣ ਪਠਾਨ ਦੇ ਮਾਰਨ ਲੱਗਦੇ ਨੇ ਉਹ ਲੋਹੇ ਵਿੱਚ ਮੜਿਆ ਹੁੰਦਾ ਸੰਜੋਬਾਈ ਹੁੰਦੀ ਉਸਨੇ ਵਾਪਸ ਕੱਢਣ ਲੱਗਿਆ ਬਰਸ਼ਾ ਵਿੱਚੇ ਟੁੱਟ ਜਾਂਦਾ ਹੈ ਸਾਰੀ ਪਠਾਨ ਮੁਗਲ ਸੈਨਾ ਸਹਬਜਾਦਾ ਬਾਬਾਜੀ ਸਿੰਘ ਨੂੰ ਘੇਰ ਕੇ ਉੱਥੇ ਸ਼ਹੀਦ ਕਰਦੀ ਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਹ ਬਚਨ ਕਰਦੇ ਨੇ ਹੇ ਆਕਾਲ ਪੁਰਖ ਵਹਿਗੁਰੂ ਇਹ ਤੇਰਾ ਬਾਣਾ ਹੈ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਾ ਸੌਂਪਤੇ ਪਿਆ ਲਾਗੈ ਮੇਰਾ ਵੱਡੇ ਸਾਹਿਬ ਜਦੇ ਤੋਂ ਬਾਅਦ ਦੂਸਰੇ ਬਾਬਾ ਜੁਝਾਰ ਸਿੰਘ ਜੀ ਉਹ ਆਗਿਆ ਮੰਗਦੇ ਨੇ ਉਹਨਾਂ ਦੀ ਉਮਰ 14 ਕ ਸਾਲ ਦੀ ਹੈ ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸ਼ਾਬਾਸ਼ ਬੇਟਾ ਜੇ ਤੈਨੂੰ ਆਜ ਮਾਰ ਕੇ ਬੁਲਾਉਣਾ ਪੈਂਦਾ ਤੇ ਕਮੀ ਆ ਜਾਣੀ ਸੀ ਕੰਮ ਵਿੱਚ ਹੁਣ ਜੋਦੇ ਜੰਗਾਂ ਜੁੱਧਾਂ ਲੋੜ ਵੇਲੇ ਆਪ ਮੈਦਾਨੇ ਜੰਗ ਵਿੱਚ ਨਿਤਰਿਆ ਕਰਨਗੇ ਸਤਿਗੁਰੂ ਮਹਾਰਾਜ ਜੀ ਛੋਟੇ ਬੇਟੇ ਨੂੰ ਥਾਪੜਾ ਦੇ ਕੇ ਹਥਿਆਰ ਸਜਾ ਕੇ ਤੇ ਭੇਜਦੇ ਨੇ ਤੇ ਇਹ ਗੱਲ ਕਹਿੰਦੇ ਨੇ ਬਰ ਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ਪਾਲਾ ਹੈ ਤੁਝੇ ਨਾਜ ਸੇ ਬੋਲੇ ਗੁਰੂ ਗੋਬਿੰਦ ਸਿੰਘ ਜਾ ਪੁੱਤਰ ਤੈਨ ਨ ਰੋਕਾਂਗੇ ਨਹੀਂ ਹਮਨੇ ਕਹਾ ਥਾ ਬਾਪ ਕੋ ਜਾਨ ਦੀਜੈ ਧਰਮ ਪਰ ਲੋ ਅਬ ਕਹਤੇ ਹੈ ਆਪ ਕੋ ਜਾਨ ਦੀਜੈ ਧਰਮ ਪਰ ਜਾ ਬੇਟਾ ਸੱਚ ਧਰਮ ਤੋਂ ਕੁਰਬਾਨ ਹੋ ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਉਹ ਵੀ ਸਾਥੀਆਂ ਸਮੇਤ ਆਉਂਦੇ ਨੇ ਵੱਡੇ ਭਰਾ ਤੋਂ ਵੀ ਅੱਗੇ ਵੱਧ ਕੇ ਦੁਸ਼ਮਣਾਂ ਨਾਲ ਜੂਝਦੇ ਹੋਏ ਉਹ ਵੀ ਸ਼ਹੀਦੀ ਪ੍ਰਾਪਤ ਕਰਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਫਿਰ ਪਹਾੜੀ ਫੌਜਾਂ ਸੁੱਟਦੀਆਂ ਨੇ ਕਿ ਹੁਣ ਲਾ ਲਾ ਕੇ ਪੌੜੀਆਂ ਤੇ ਅੰਦਰ ਚੜ ਜਾਈਏ ਮੁਗਲ ਪਠਾਨ ਜਾਂਦੇ ਨੇ ਸਤਗੁਰੂ ਮਹਾਰਾਜ ਜੀ ਕਈਆਂ ਨੂੰ ਉੱਪਰੋਂ ਕਿਸੇ ਨੂੰ ਗੁਰਜ ਮਾਰ ਕੇ ਕਿਸੇ ਨੂੰ ਤੀਰ ਦੇ ਨਾਲ ਖਤਮ ਕਰੀ ਜਾਂਦੇ ਕਿਸੇ ਦਾ ਹੌਸਲਾ ਨਹੀਂ ਪੈਂਦਾ ਗੜੀ ਤੇ ਚੜਨ ਦਾ ਰਾਤ ਪੈ ਜਾਂਦੀ ਜਿੱਥੇ ਦੋ ਸਾਹਿਬਜ਼ਾਦੇ ਤੇ ਮਹਾਰਾਜ ਦੇ ਹੋਰ ਸਿੰਘ ਸ਼ਹੀਦ ਹੁੰਦੇ ਨੇ ਹੁਣ ਸਤਗੁਰੂ ਰਹਿਰਾਸ ਦਾ ਪਾਠ ਕਰਦੇ ਨੇ ਸੋਹਿਲਾ ਬਾਣੀ ਪੜੀ ਜਾਂਦੀ ਹੈ ਅਰਦਾਸ ਹੁੰਦੀ ਸ਼ੁਕਰਾਨਾ ਦਾ ਤੇ ਮਾਰੇ ਕਹਿੰਦੇ ਸਵੇਰ ਦੇ ਸਮੇਂ ਹੁਣ ਅਸੀਂ ਆਪ ਜੁੱਧ ਦੇ ਵਿੱਚ ਜਾਵਾਂਗੇ ਪਰ ਬਾਬਾ ਦਇਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਤੇ ਨਾਲ ਦੇ ਸਿੰਘ ਪੰਜ ਇਕੱਠੇ ਹੋ ਕੇ ਕਹਿੰਦੇ ਨਹੀਂ ਸਤਿਗੁਰੂ ਮਹਾਰਾਜ ਐਸ ਵਕਤ ਆਪ ਜੀ ਦੁਸ਼ਮਣ ਦੇ ਹੱਥ ਆ ਗਏ ਜਾਂ ਸ਼ਹੀਦ ਹੋ ਗਏ ਤੇ ਇਹਦੇ ਵਿੱਚ ਦੁਸ਼ਮਣ ਦੀ ਸਭ ਤੋਂ ਵੱਡੀ ਜਿੱਤ ਤੇ ਸਾਡੀ ਹਾਰ ਹੋਏਗੀ ਪਰ ਜੇ ਆਪ ਜੀ ਇੱਥੋਂ ਜਿਉਂਦੇ ਜੀ ਚਲੇ ਗਏ ਨਾ ਤੇ ਸਾਡੇ ਵਰਗੇ अनेकां ਸਿੰਘ ਸਾਜ ਲਓਗੇ ਇਹਦੇ ਵਿੱਚ ਸਭ ਤੋਂ ਵੱਡੀ ਦੁਸ਼ਮਣ ਦੀ ਹਾਰ ਹੈ ਦੁਸ਼ਮਣ ਦਾ ਲੱਕ ਟੁੱਟ ਜਾਏਗਾ ਸੋ ਆਪ ਕੀ ਸਾਡਾ ਬਚਨ ਮੰਨ ਕੇ ਇਸ ਗੜੀ ਨੂੰ ਛੱਡ ਜਾਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਸੰਤ ਸਿੰਘ ਜਿਨ੍ਹਾਂ ਦਾ ਚਿਹਰਾ ਸਤਗੁਰੂ ਨਾਲ ਰਲਦਾ ਮਿਲਦਾ ਹੈ ਉਹਨਾਂ ਨੂੰ ਆਪਣੇ ਬਸਤਰ ਕਲਗੀ ਦਸਤਾਰ ਸ਼ਸਤਰ ਦੇ ਕੇ ਆਪਣੀ ਜਗ੍ਹਾ ਬਿਠਾ ਦਿੰਦੇ ਨੇ ਤੇ ਉਸੇ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਸਿੰਘਾਂ ਨੂੰ ਕਹਿ ਕੇ ਕੇ ਖਾਲਸੇ ਨੂੰ ਅਕਾਲ ਪੁਰਖ ਦੀ ਓਟ ਹੈ ਗੁਰੂ ਦੀ ਓਟ ਹੈ ਪੰਥ ਦੀ ਤੇ ਆਪਣੀ ਗੁਰੂ ਕੇ ਸਿੱਖੋ ਹਿੰਮਤ ਨਿਯਾਰਨੀ ਸੱਚੇ ਪਾਤਸ਼ਾਹ ਮਹਾਰਾਜ ਉਸੇ ਰਾਤ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਹਨਾਂ ਦੇ ਸਮੇਤ ਉਸ ਗੜੀ ਨੂੰ ਛੱਡ ਦਿੰਦੇ ਨੇ ਅਗਲੇ ਦਿਨ ਸਵੇਰੇ ਫਿਰ ਭਾਈ ਸੰਤ ਸਿੰਘ ਤੇ ਬਾਕੀ ਦੇ ਨਾਲ ਜਿਹੜੇ ਸਿੰਘ ਹੁੰਦੇ ਨੇ ਉਹ ਗੜੀ ਤੋਂ ਬਾਹਰ ਨਿਕਲ ਕੇ ਜੂਝ ਕੇ ਛੇਧੀਆਂ ਪ੍ਰਾਪਤ ਕਰਦੇ ਨੇ ਇਸੇ ਤਰ੍ਹਾਂ 23 ਦਸੰਬਰ ਦਾ ਫਿਰ ਜਦੋਂ ਦਿਨ ਲੰਘਦਾ ਹੈ ਤੇ ਰਾਤ ਨੂੰ ਗੁਰੂ ਮਹਾਰਾਜ ਦੀ ਇੱਕ ਮਹਾਨ ਸਿੰਘਣੀ ਬੀਬੀ ਸ਼ਰਨਕਾਰ ਉਹ ਜਿੱਥੇ ਵੱਡੇ ਸਹਬਜਾਦੇ ਉਥੇ ਛੋਟਿਆਂ ਦਾ ਵੀ ਸਸਕਾਰ ਕਰਦੇ ਨੇ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦੋ ਵੱਡੇ ਸਹਬਜਾਦੇ ਤੇ ਹੋਰ ਜਾਨ ਤੋਂ ਜੋ ਪਿਆਰੇ ਸਿੰਘ ਨੇ ਲਖਤੇ ਜਿਗਰ ਨੇ ਉਹਨਾਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੀ ਖਾਤਰ ਕੁਰਬਾਨ ਕਰ ਦਿੰਦੇ ਨੇ ਅੱਲਾ ਯਾਰ ਖਾਂ ਜੋਗੀ ਲਿਖਦਾ ਉਹ ਕਹਿਣ ਲੱਗਾ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ ਕੋਈ ਵੀ ਨਹੀਂ ਕਹਿੰਦਾ ਕਿਤੇ ਸ੍ਰੀ ਰਾਮਚੰਦਰ ਜੀ ਉਹ ਜੰਗਲ ਵਿੱਚ ਸਨ ਉਹਨਾਂ ਨਾਲ ਉਹਨਾਂ ਦੀ ਘਰਵਾਲੀ ਸੀ ਉਹਨਾਂ ਦਾ ਭਰਾ ਸੀ ਡੰਡਕ 'ਮੇ ਫਿਰੇ ਰਾਮ ਤੋਂ ਸੀਤਾ ਥੀ ਬਗਲ 'ਮੇ ਵੋ ਫਖਰੇ ਜਹਾਂ ਹਿੰਦ ਕੀ ਮਾਤਾ ਥੀ ਬਗਲ 'ਮੇ ਕਹਿਣ ਲਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਤੇ ਹਿੰਦੁਸਤਾਨ ਰੂਪੀ ਮਾਤਾ ਭਾਵ ਕੇ ਹਿੰਦੁਸਤਾਨ ਦੀ ਧਰਤੀ ਜਿਹੜੀ ਹੈ ਇਸੇ ਦਾ ਹੀ ਫਿਕਰ ਕਰਦੇ ਨੇ ਆਪਣੀ ਔਲਾਦ ਵੀ ਜਿਹੜੀ ਹੈ ਕਟਾ ਦਿੰਦੇ ਨੇ ਕਦੇ ਕਹਿੰਦੇ ਗੀਤਾ ਸੁਣਾ ਕੇ ਕ੍ਰਿਸ਼ਨ ਜੀ ਨੇ ਹੋਰ ਜਿੱਥੇ ਕਾਰੋਪ ਪਾਂਡਵ ਉਹਨਾਂ ਦਾ ਜੰਗ ਕਰਾਇਆ ਕਟਵਾ ਦਈਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾਕਰ ਰੂਹ ਫੂੰਕ ਦੀ ਗੁਰੂ ਗੋਬਿੰਦ ਸਿੰਘ ਨੇ ਔਲਾਦ ਕਟਾਕਰ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਹਿਬ ਜਿਆਦੇ ਅਨੁਵਾਰਦੇ ਨੇ ਆਪਣੇ ਸਹਿਬ ਜਿਆਦੇ ਜਾਨ ਤੋਂ ਪਿਆਰੇ ਸਿੰਘ ਪਰਿਵਾਰ ਵਾਰ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਅਣਖ ਦੇ ਨਾਲ ਜੀਵਣਾ ਸਿਖਾ ਦਿੰਦੇ ਹਨ ਐਸੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤਨਾਂ ਦੇ ਵੱਡੇ ਸਾਹਿਬਜ਼ਾਦੇ ਧਰਮ ਦੀ ਖਾਤਰ ਛੋਟੀਆਂ ਉਮਰਾਂ ਦੇ ਵਿੱਚ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਭੋਲਾ ਚੁੱਕਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ